ਮੇਰੇ ਵੱਲੋਂ ਸਾਨੂੰ ਅੱਜ ਆਪਾਂ ਕਿੱਥੇ ਚੱਲੇ ਹਾਂ? ਗੁਰਦੁਆਰੇ ਮੱਥਾ ਟੇਕਣ। ਗੁਰਦੁਆਰੇ ਮੱਥਾ ਟੇਕਣ ਅਸੀਂ ਆ ਚੱਲੇ ਜੀ, ਗੁਰਦੁਆਰਾ ਪਰਿਵਾਰ ਵਿਛੋੜੇ ਮੱਥਾ ਟੇਕਣ ਤੇ ਨਾਲ ਤੁਹਾਨੂੰ ਵੀ ਦਰਸ਼ਨ ਕਰਵਾਵਾਂਗੇ। ਚੱਲੇ ਕਰਨ ਵੀਰ, ਫਿਰ ਚਲੋ ਚੱਲੀਏ। ਕੁਝ ਕੁ ਸਿੰਘ ਨੇ ਕੋਲ ਆਸਾ ਦੀ ਵਾਰ ਦਾ ਫਿਰ ਕੀਰਤਨ ਹੁੰਦਾ, ਫਿਰ ਜਦੋਂ ਸਮਾਪਤੀ ਹੋਈ ਹੈ ਨਾ, ਆਸਾ ਦੀ ਵਾਰ ਦੀ ਜਦੋਂ ਸਮਾਪਤੀ ਹੋਈ, ਕਹਿੰਦੇ ਜੰਗ ਵੀ ਖਤਮ ਹੋ ਗਈ, ਮਹਾਰਾਜ ਕਹਿੰਦੇ ਚਲੋ ਭਾਈ ਸਿੰਘ ਹੁਣ ਸਰਸਾ ਨੂੰ ਪਾਰ ਕਰ, ਚਲੋ ਕਹਿੰਦੇ ਹੁਣ ਸਰਸਾ ਨੂੰ ਪਾਰ ਕਰਨਾ। ਫਿਰ ਵੇਖੋ ਜਦੋਂ ਸਰਸਾ ਨੂੰ ਪਾਰ ਕਰਦੇ ਨੇ, ਸਰਸਾ ਨੂੰ ਜਦੋਂ ਪਾਰ ਕਰਨ ਲੱਗੇ ਨੇ, ਕਹਿੰਦੇ ਸਾਰਾ ਪਰਿਵਾਰ ਕਲਗੀਆਂ ਵਾਲਿਆਂ ਦਾ ਸਾਰਾ ਪਰਿਵਾਰ ਸਰਸਾ ਤੇ ਵਿਛੜਿਆ। ਇਹ ਇਤਿਹਾਸ ਦੱਸਦਾ, ਕਹਿੰਦੇ ਕੁਝ ਕਿਤੇ ਘੋੜੇ ਵੀ ਸਰਸਾ ਚ ਰੁੜ ਗਏ। ਸਤਿਗੁਰਾਂ ਦਾ ਜਿਹੜਾ ਕੀਮਤੀ ਸਮਾਨ, ਉਹ ਪੁਸਤਕਾਂ ਗ੍ਰੰਥ, ਉਹ ਵੀ ਸਰਸਾ ਚ ਰੁੜ ਗਈਆਂ। ਸਾਰਾ ਪਰਿਵਾਰ ਵਿਛੜ ਗਿਆ। ਜਿਵੇਂ ਆਪਾਂ ਪੜ੍ਹਨੇ ਆ ਨਾ, ਸਰਸਾ ਦੇ ਕੰਡੇ ਤੇ ਵੇਖੋ ਪਿਆ ਪਰਿਵਾਰ ਵਿਛੋੜਾ, ਸਰਸਾ
ਸਰਸਾ ਦੇ ਕੰਨੇ ਸਰਸਾ ਤੇ ਸਾਰਾ ਪਰਿਵਾਰ ਵਿਚਾਰਿਆ। ਕਹਿੰਦੇ ਉਸ ਸਮੇਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਤੇ ਇਤਿਹਾਸ ਦੱਸਦਾ ਕਹਿੰਦੇ ਸੰਗਤ 40 ਕੁ ਸਿੰਘ ਉਸ ਸਮੇਂ ਮਹਾਰਾ ਦੇ ਨਾਲ ਸਨ। 40 ਕੁ ਸਿੰਘ ਇਹ ਚਮਕੌਰ ਦੀ ਗੜੀ ਵੱਲ ਚਲੇ ਗਏ। ਮਾਤਾ ਸੁੰਦਰੀ ਜੀ ਮਾਤਾ ਸਾਹਿਬ ਕੌਰ ਜੀ ਕੁਝ ਕੁ ਸਿੰਘ ਇਹਨਾਂ ਨਾਲ ਇਹ ਦਿੱਲੀ ਵੱਲ ਚਲੇ ਗਏ ਤੇ ਵੇਖੋ ਇੱਧਰ ਇਕੱਲੇ ਰਹਿ ਗਏ ਮਾਤਾ ਗੁਜਰ ਕੌਰ ਜੀ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਜੰਗਲਾਂ ਦੇ ਵਿੱਚ ਫਿਰ ਰਹੇ ਹੈ ਪਹਾੜੀ ਰਸਤੇ ਨੇ ਲੰਬੇ ਲੰਬੇ ਪੈਂਡੇ ਲੰਬੇ ਲੰਬੇ ਰਸਤੇ ਪਹਾੜੀ ਰਸਤੇ ਤੁਰੇ ਜਾਂਦੇ ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਨਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਓ ਹਾਲ ਆ ਨਾਲ ਨਾਲ ਪੜ੍ਹ ਲਓ ਇੱਕ ਵਾਰੀ ਫਿਰ ਬਾਟਾ ਲੰਮੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਉਸ ਵੇਲੇ ਦਾ ਸੁਣ ਲਓ ਹਾਲ ਜੀ ਪੜੋ ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ
ਲਓ ਜੀ ਹੁਣ ਅਸੀਂ ਘਰ ਆ ਗਏ ਪਰਿਵਾਰ ਵਿਛੋੜੇ ਦਰਸ਼ਨ ਕਰਕੇ ਤੇ ਕੰਨ ਵਿੱਚ ਇੱਕ ਦੋ ਖਿੱਲਾਂ ਲੈ ਕੇ ਆਏ ਆ ਤੇ ਇੱਕ ਐਨਕਾਂ ਲੈ ਕੇ ਪਹਿਲਾਂ ਐਨਕਾਂ ਲਾ ਐਨਕਾਂ ਲਾ ਕੇ ਦਿਖਾਊਗਾ ਜੀ ਹੁਣ ਤੇ ਐਨਕਾਂ ਲਾਈਆਂ ਇੱਕ ਸਪਾਈਡਰਮੈਨ ਲਿੱਤਾ ਸਪਾਈਡਰਮੈਨ ਐਨਕਾਂ ਲਾ ਕੇ ਰੱਖ ਐਨਕਾਂ ਲਾ ਕੇ ਐਨਕਾਂ ਲਾ ਕੇ ਰੱਖ ਕਿੱਦਾਂ ਚੱਲਦਾ ਐਨਕਾਂ ਲਾ ਕੇ ਸਪਾਈਡਰਮੈਨ ਦੇ ਨਹੀਂ ਲਾਦੇ ਐਨਕਾਂ ਸਪਾਈਡਰਮੈਨ ਦੇ ਲਾਦੇ ਐਨਕਾਂ ਸਪਾਈਡਰਮੈਨ ਦੇ ਲਾਦੇ ਐਨਕਾਂ ਵੈਰੀ ਗੁੱਡ ਸਪਾਈਡਰਮੈਨ ਹੁਣ ਸਪਾਈਡਰਮੈਨ ਐਨਕਾਂ ਲਾ ਕੇ ਉੜੂਗਾ ਇੱਕ ਕੰਨ ਵੀਰ ਜੀ ਬਲਬਲ ਸਪਾਈਡਰਮੈਨ ਦੇ ਐਨਕਾਂ ਲਾਤੀ ਆ ਹਾਂ ਕਿੱਦਾਂ ਆਹ ਕਿੱਦਾਂ ਚੱਲਦਾ ਮੈਨੂੰ ਦੇਖੋ ਇਹਦੇ ਵਿੱਚ ਐਂ ਪਾ ਕੇ ਐਂ ਪਾ ਕੇ ਬਸ ਬਸ ਵਿੱਚ ਨਹੀਂ ਬਸ ਹੁਣ ਬਾਹਰ ਨੂੰ ਚਲਾ ਹੁਣ ਚਲਾ ਬਾਹਰ ਨੂੰ ਹੁਣ ਚਲਾ ਬਾਹਰ ਨੂੰ ਹਾਂ ਅੱਜ ਮੈਂ ਕਰ ਦਿੰਦੇ ਤੈਨੂੰ ਮੈਂ ਚਲਾ ਕਰ ਤੂੰ ਬੁਲਬੁਲੇ ਭੰਨ ਤੂੰ ਸਾਡੇ ਨਾਲ ਤੁਸੀਂ ਵੀ ਗੁਰੂ ਘਰ ਦੇ ਦਰਸ਼ਨ ਕੀਤੇ ਨੇ ਇਹ ਗੁਰਦੁਆਰਾ ਪਰਿਵਾਰ ਵਿਛੋੜਾ ਸੀ ਜਿੱਥੇ ਸਾਡੇ ਦਸਵੇਂ ਪਾਤਸ਼ਾਹ ਦਾ ਸਾਰਾ ਪਰਿਵਾਰ ਵਿਛੜਿਆ ਸੀ ਅਤੇ ਉੱਥੋਂ ਦੀ ਪ੍ਰਬੰਧਕ ਕਮੇਟੀ ਨੇ ਚਾਹ ਪਕੌੜਾ ਦਾ ਲੰਗਰ ਲਾਇਆ ਹੋਇਆ ਸੀ ਅਸੀਂ ਚਾਹ ਪਕੌੜਾ ਦਾ ਲੰਗਰ ਛਕਿਆ ਅਤੇ ਗੁਰੂ ਘਰ ਦੇ ਦਰਸ਼ਨ ਕੀਤੇ ਚੰਡੋਲ ਲੱਗੇ ਹੋਏ ਸੀ ਸਾਰੇ ਪ੍ਰਬੰਧਕ ਕਮੇਟੀ ਦੇ ਨਾਲ ਉੱਥੇ ਤੁਸੀਂ ਦੇਖਿਆ ਜਿੱਦਾਂ ਸਾਰੇ ਢੂਟੇ ਝਾੜੇ ਵੀ ਲੱਗੇ ਸਾਰੇ ਪ੍ਰਬੰਧਕ ਕਮੇਟੀ ਦੇ ਕਹਿਣ ਅੰਡਰ ਹੀ ਲੱਗਦੇ ਸਾਰੇ ਕੁਛ ਉੱਥੇ ਅਤੇ ਕੰਨ ਵੀ ਨੇ ਪੂਰਾ ਉੱਥੇ ਚੰਡੋਲ ਵੀ ਝੂਟੇ ਅਤੇ ਹੁਣ ਅਸੀਂ ਘਰ ਆ ਚੁੱਕੇ ਹਾਂ ਚਲੋ ਬੱਚੇ ਆ ਵੀ ਨਹੀਂ ਮੰਨਦਾ ਹੈ ਹੁਣ ਬੜੀ ਜਿੱਦ ਕਰਕੇ ਹਰਾ ਸਾਰਾ ਸਮਾਨ ਲਿੱਤਾ ਇਹਨੇ ਅਤੇ ਤੁਹਾਨੂੰ ਮੇਰੀ ਵੀਡੀਓ ਕਿਸਾਂ ਲੱਗੀ ਕਮੈਂਟ ਜ਼ਰੂਰ ਦੱਸਿਓ ਅਤੇ ਕੋਸ਼ਿਸ਼ ਕਰਾਂ ਵੀ ਹੁਣ ਸ਼ਹੀਦੀ ਦਿਹਾੜੇ ਚੱਲਦੇ ਇਹਨਾਂ ਦਿਨਾਂ ਦੇ ਵਿੱਚ ਜਿੰਨੇ ਵੀ ਨੇੜੇ ਤੇੜੇ ਵਾਲੇ ਸਾਨੂੰ ਮੇਰੇ ਲੱਗਦੇ ਇਤਿਹਾਸਿਕ ਗੁਰਦੁਆਰੇ ਸਾਰੇ ਗੁਰੂ ਘਰਾਂ ਦੇ ਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂ ਆਪਣੇ ਵੱਲ ਤੋਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ